धारीवाल लागे लागे पिंड केड़े सी याद है कोई? आहो, एक तेड़ी, अच्छा एक तेड़ा, हाँ जी, एक पांच ग्राइया, अच्छा एक महल बखारी, अच्छा है एक राजे साथी, अच्छा एक आये बाजी पौधे नारे थे मदद से काफी सब कोई कभी छोड़ी तो कोई यार बिलियन के नाम यार नहीं जड़े हानी खेल दे थी। हाँ उन्हें नाम की थी ऐसे नाम थे दर्शुआ दर्शुआ हाँ दर्शु दर्श सिंह अच्छा एक ना कैल सिंह कैल सिंह कैला उन्हों ने है ये कैला दर्शु हाँ जी वीरू वीरू वीरूवा ऐसा बचन सिंह बचन सिंह हाँ और कोई हानी किधर कोई एक उन्हें ना जो छोटे उन्हें हानी उन्हें मतलब खास मित्र उन्हें कोई वो कोई है थी हाँ उधर नाम भी कैला आंधे कैला कैला अच्छा एक ना दर्शु थोड़ा ऊंचा बोलो हाँ जी एक ना दर्शु एक ना कैला अच्छा माल सिंह दे पोतरे माल सिंह दे हाँ माल सिंह दे पोतरे सी पोतरे अच्छा पोत सी हाँ होर कोई नाम कोई याद हो मुंदे मुझे पांच भरा सड़े एक ना वीर सिंह सी वीर सिंह हाँ ते एक ना है बचन सिंह बचन सिंह हाँ ਇਹ ਕਿਹਦੀ ਲਾਦ ਸੀ ਮਲ ਸਿੰਘ ਦੀ ਮਲ ਸਿੰਘ ਦੀ ਲਾਦ ਸੀ ਜਿਹੜੇ ਤੁਹਾਡੇ ਯਾਰ ਬੇਲੀ ਸੀ ਆਇਆ ਉਹ ਸਿਆਣਾ ਉਹ ਸਾਡੇ ਅੱਛਾ ਆਪਣਾ ਘਰ ਪਿੰਡ ਦੇ ਕਿਹੜੀ ਸਾਈਡ ਤੇ ਸੀ ਆਪਣਾ ਕੋਈ ਉਹ ਖੂਹ ਸਿੱਖਾਂ ਦੇ ਜਿਹੜੇ ਖੂਹ ਦੱਸਣੇ ਨੂੰ ਹਾਂ ਉਹਨਾਂ ਦੇ ਨਾਮ ਯਾਦ ਨਹੀਂ ਵੀ ਕਿਹੜੇ ਕਿਹੜੇ ਦੇ ਸੀ ਉਹ ਖੂਹਾਂ ਦੇ ਵਿੱਚੋਂ ਨਾਂ ਹੈ ਇੱਕ ਬੁੱਧੂ ਵਾਲਾ ਅੱਛਾ ਇੱਕ ਹੈਗਾ ਗੋਰੇ ਵਾਲਾ ਗੋਰੇ ਵਾਲਾ ਇੱਕ ਕਲਰ ਵਾਲਾ ਅੱਛਾ ਹੈ ਇੱਕ ਹੈਗਾ ਗੋਰੇ ਵਾਲਾ ਉਹ ਮਲ ਸਿੰਘ ਦਾ ਉਹਨੂੰ ਮੱਲੋ ਵਾਲਾ ਜਾਂਦੇ ਹਨ ਸਿੱਖ ਅੱਛਾ ਪਿੰਡ ਦਾ ਨੰਬਰਦਾਰ ਕੌਣ ਸੀ ਨੰਬਰਦਾਰ ਹੈਗਾ ਇਹ ਸਾਡਾ ਹੀ ਵਿੱਚੋਂ ਇੱਕ ਭਾਈ ਸਿੱਖ ਸੀ ਅੱਛਾ ਅਤੇ ਇੱਕ ਹੈਗਾ ਸੀ ਮੁਸਲਮਾਨ ਦੋ ਨੰਬਰ ਅੱਛਾ ਉਹਦਾ ਨਾਮ ਯਾਦ ਹੈ ਨੰਬਰਦਾਰ ਦਾ ਇੱਕ ਨੰਬਰਦਾਰ ਹਾਥੀ ਹਾਥੀ ਉਹਨੂੰ ਆਉਂਦੇ ਬੁੱਢਾ ਜਿਹਾ ਕੁੱਬਾ ਹੋ ਕੇ ਤੁਰਦਾ ਸੀ ਸਾਡਾ ਅੱਛਾ ਉਹਦਾ ਨਾਂ ਸੀ ਲਛਮਣ ਸਿੰਘ ਲਛਮਣ ਹਾਂ ਲਛਮਣ ਸਿੰਘ ਅੱਛਾ ਅਤੇ ਮੈਂ ਪੁੱਛਦਾ ਨਾ ਜਦੋਂ ਹਾਂ ਸਲਾਮ ਅਲੈਕੁਮ ਬਾਬਾ ਜੀ ਵਾਲੇਕੁਮ ਸਲਾਮ ਕੀ ਹਾਲ ਨੇ ਤਬੀਅਤ ਸੇ ਠੀਕ ਹੈ ਠੀਕ ਠਾਕ ਆ ਅੱਛਾ ਬਾਬਾ ਜੀ ਅੱਜ ਨਾ ਆਪਾਂ ਵੰਡ ਦੀਆਂ ਗੱਲਾਂ ਪੁੱਛਾਂਗੇ ਅੱਛਾ ਪਹਿਲੇ ਦੀਆਂ ਬਾਅਦ ਚੋਂ ਵੀ ਹਾਂ ਕਿੰਨੀ ਕੁ ਉਮਰ ਹੈ ਆਪਣੀ ਆਪਣੀ ਉਮਰ ਹੋਊਗੀ ਮੈਂ 90 ਦੇ ਕਰੀਬ ਦੇ 90 ਵੰਡ ਵੇਲੇ ਕਿੰਨੀ ਕੁ ਸੀ ਹਾਂ ਵੰਡ ਵੇਲੇ ਕਿਹੜੀ ਹਾਂ ਵੰਡ ਜਿਹੜਾ ਹਾਂ ਰੋਲੇ ਪਏ ਨੇ ਜਦੋਂ ਹਾਂ ਉਦੋਂ ਰੋਲੇ ਪਏ ਸੀ ਅੱਧੇ ਮੁਸਲਮਾਨ ਉੱਥੇ ਰਹੇ ਸਿੱਖ ਆਇਆ ਨੂੰ ਆ ਗਏ ਕਿੰਨੇ ਭਰਾ ਸੀ ਉਹ ਪਤਾ ਦੋ ਸਾ ਅੱਛਾ ਤੇ ਅੱਬੇ ਹੋਰੀ ਤਿੰਨ ਭਰਾ ਸੀ ਹਾਂ ਬੇਰ ਤਿੰਨ ਭਰਾ ਤੇ ਤੁਸੀਂ ਕਿੰਨੇ ਭਰਾ ਹੋ ਅਸੀਂ ਇੱਕ ਬਸ਼ੀਰ ਤੇ ਇੱਕ ਬਹਿ ਅੱਛਾ ਤੇ ਆਪਣਾ ਨਾਮ ਨਿਆਮਤ ਹਾਂ ਨਿਆਮਤ 90 ਸਾਲ ਉਮਰ ਹੈ ਹਾਂ ਉਹ ਵੰਡ ਦੀ ਹੋਸ਼ ਹੈ ਸਾਰੀ ਹਾਂ ਵੰਡ ਤੇ ਹੀ ਹੋਸ਼ ਆ ਅੱਛਾ ਵੰਡਾ ਹੀ ਉਧਰੋਂ ਨਸੇ ਆ ਭੱਜੇ ਆ ਅੱਛਾ ਤੇ ਉਹ ਪਿੰਡ ਕਿਹੜਾ ਸੀ ਆਪਣਾ ਪਿੱਛੇ ਧਾੜੀਵਾਲ ਧਾੜੀਵਾਲ ਹਾਂ ਕਿ ਮਿਆਰੀ ਦੇ ਲਾਗੇ ਅੱਛਾ ਧਾੜੀਵਾਲ ਪਿੰਡ ਸੀ ਹੈ ਹਾਂ ਤੇ ਉਹ ਤਹਿਸੀਲ ਕਿਹੜੀ ਸੀ ਉਹਦੀ ਤਸਰੇ ਅਜਨਾਲਾ ਅਜਨਾਲਾ ਜ਼ਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਸਹੀ ਹੈ ਅਤੇ ਅੱਛਾ ਜਿਹੜਾ ਧਾੜੀਵਾਲ ਦੇ ਲਾਗੇ ਲਾਗੇ ਪਿੰਡ ਕਿਹੜੇ ਸੀ ਯਾਦ ਹੈ ਕੋਈ ਆਹੋ ਇੱਕ ਤੇੜੀ ਅੱਛਾ ਇੱਕ ਤੇੜਾ ਹਾਂਜੀ ਇੱਕ ਪੰਜ ਗ੍ਰਾਈਆਂ ਅੱਛਾ ਇੱਕ ਮਹਿਲ ਬਖਾਰੀ ਅੱਛਾ ਹੈ ਇੱਕ ਰਾਜੇ ਸਾਥੀ ਅੱਛਾ ਇੱਕ ਆਏ ਬਾਜੀ ਪੌਦੇ ਨਾੜੇ ਤੇ ਅੱਛਾ ਸਲਾਮਾਬਾਦ ਅੱਛਾ ਇਹ ਅਜਨਾਲਾ ਕਿੰਨੀ ਕੁ ਦੂਰ ਸੀ ਅਜਨਾਲਾ ਤਾਂ ਜਿੱਦਾਂ ਜਾਣੀ ਹੈ ਤੋ 5-6 ਕਿਲੋਮੀਟਰ ਹਾਂ ਇੰਨਾ ਦਸ ਲਾ ਲਓ ਅੱਛਾ ਜਿਹੜੀ ਉਹ ਚਮਿਆਰੀ ਆ ਉਹ ਇੰਨੀ ਆ ਜਿੱਦਾਂ ਇੱਥੋਂ ਨਹਿਰ ਤੇ ਅੱਛਾ ਤੇ ਅੱਛਾ ਪੱਕਾ ਸ਼ਹਿਰ ਅੱਛਾ ਧਾੜੀਵਾਲ ਪਿੰਡ 'ਚ ਮੁਸਲਮਾਨ ਕਿੰਨੇ ਸੀ ਸਿੱਖ ਕਿੰਨੇ ਕੁ ਸੀ ਨੌ ਖੂਹ ਮੁਸਲਮਾਨਾਂ ਦੇ ਸੀ ਵੱਡਾ ਪਿੰਡ ਸੀ ਬਾਬਾ ਹਾਂ ਨੌ ਖੂਹ ਮੁਸਲਮਾਨਾਂ ਦੇ ਸੀ ਅੱਛਾ ਤੇ ਨੌ ਸਿੱਖਾਂ ਦੇ ਸੀ ਨੌ ਸਿੱਖਾਂ ਦੇ ਪਿੰਡ ਸੀ ਤੇ ਜਿਹੜਾ ਕਸਬਾ ਉਹ ਬਹੁਤਾ ਹੀ ਜਾਣੇ ਅੱਛਾ ਜਿਲ੍ਹਾ ਜੰਗੜ ਕਮਿਆਰਾ ਇਹ ਕਸਬਾ ਇਹਨੂੰ ਆਉਂਦੇ ਆ ਅੱਛਾ ਬਹੁਤ ਅੱਛਾ ਵੰਡ ਵੇਲੇ ਉੱਥੇ ਜਦੋਂ ਰਹੇ ਆ ਉੱਥੇ ਖੇਲਦੇ ਵਾਹੀ ਵੂਹੀ ਕਰਦੇ ਸੀ ਆਹੋ ਵਾਹੀ ਕਰਦੇ ਅੱਛਾ
ਹੋਰ ਪਿੰਡ ਕਿਵੇਂ ਸੀ? ਗਲੀਆਂ ਗੁਲੀਆਂ ਨਕਸ਼ਾ ਯਾਦ ਹੈ? ਗਲੀਆਂ ਭੇੜੀਆਂ ਸੀ। ਅੱਛਾ, ਵਿਗ ਚੜ ਗਿਆ ਕੋਈ, ਆਇਆ ਨੀ ਤੇ ਖੈਰ ਉਵੇਂ ਰੱਖ ਉਵੇਂ ਰੱਖ। ਤੇ ਪਿੰਡ ਦਾ ਸਿੱਖਾਂ ਨਾਲ ਮੇਲ ਵਰਤਨ ਕਿਵੇਂ ਸੀ? ਮੇਲ ਵਰਤਨ ਉੱਧਰੋਂ ਉਹਦੀ ਵਿਆਹ ਸ਼ਾਦੀਆਂ 'ਚ ਨਾ ਕੱਚਾ ਰਾਸ਼ਨ ਲੈਂਦੇ, ਆਹੀ ਤੇ ਲੈਂਦੇ ਸਾਂ। ਅੱਛਾ, ਉੱਦਾਂ ਨਹੀਂ ਖਾਂਦੇ ਨਹੀਂ ਸਾਂ। ਅੱਛਾ, ਉਵੇਂ ਮੇਲ ਵਰਤਨ ਸਹੀ ਨਹੀਂ ਖਾਂਦੇ ਨਹੀਂ ਸੀ ਇੱਕ ਦੂਜੇ ਦਾ? ਹਾਂ ਨਹੀਂ ਖਾਂਦੇ ਨਹੀਂ, ਕਿਉਂ ਜੋ ਗੱਲਾਂ ਬਾਤਾਂ ਇੱਕ ਦੂਜੇ ਦੀ ਮਦਦ ਕਰਦੀ ਸਭ ਕੋਈ। ਅੱਛਾ, ਕੋਈ ਯਾਰ ਬਿੱਲੀਆਂ ਦੇ ਨਾਮ ਯਾਰ ਨੇ ਜਿਹੜੇ ਹਾਣੀ ਖੇਲਦੇ ਸੀ? ਹਾਂ, ਉਹਨਾਂ ਦਾ ਨਾਮ ਕੀ ਸੀ? ਕਿਸੇ ਨਾਂ ਦੇ ਦਰਸ਼ੂਆ। ਦਰਸ਼ੂਆ? ਹਾਂ, ਦਰਸ਼ੂ ਦਰਸ ਸਿੰਘ। ਅੱਛਾ, ਤੇ ਇੱਕ ਨਾ ਕੈਲ ਸਿੰਘ। ਕੈਲ ਸਿੰਘ ਕੈਲਾ ਉਹਨੂੰ ਹੈ, ਕੈਲਾ ਦਰਸ਼ੂ। ਹਾਂਜੀ, ਵੀਰੂ ਵੀਰੂ ਵੀਰੂਆ ਹਲਦਾ ਬਚਨ ਸਿੰਘ। ਬਚਨ ਸਿੰਘ। ਤੇ ਹੋਰ ਕੋਈ ਹਾਣੀ ਜਿਹੜਾ ਕੋਈ ਇੱਕ ਹੁੰਦਾ ਨਾ ਜਿਹੜਾ ਛੋਟੇ ਹੁੰਦੇ ਹਾਣੀ ਉਹਦਾ ਮਤਲਬ ਖਾਸ ਮਿੱਤਰ ਹੁੰਦਾ ਕੋਈ, ਉਹ ਕੋਈ ਹੈ ਸੀ? ਆਹੋ, ਉਹਦਾ ਨਾਮ ਕੀ ਸੀ? ਕੈਲਾ। ਅੱਛਾ, ਇੱਕ ਨਾ ਦਰਸ਼ੂ, ਥੋੜਾ ਉੱਚਾ ਬੋਲੋ। ਹਾਂਜੀ, ਇੱਕ ਨਾ ਦਰਸ਼ੂ, ਇੱਕ ਨਾ ਕੈਲਾ। ਅੱਛਾ, ਮੱਲ ਸਿੰਘ ਦੇ ਪੋਤਰੇ। ਮੱਲ ਸਿੰਘ ਦੇ? ਹਾਂ, ਮੱਲ ਸਿੰਘ ਦੇ ਪੋਤਰੇ ਸੀ? ਪੋਤਰੇ। ਅੱਛਾ, ਪੁੱਤ ਸੀ? ਹਾਂ। ਹੋਰ ਕੋਈ ਨਾਮ ਕੋਈ ਯਾਦ ਆਉਣ ਦੇ? ਉਹਦੇ ਪੰਜ ਭਰਾ ਸੜੇ, ਇੱਕ ਨਾ ਵੀਰ ਸਿੰਘ ਸੀ। ਵੀਰ ਸਿੰਘ? ਹਾਂ, ਤੇ ਇੱਕ ਨਾ ਹੈਗਾ ਬਚਨ ਸਿੰਘ। ਬਚਨ ਸਿੰਘ। ਆਹੋ, ਇਹ ਕਿਹਦੀ ਲਾਦ ਸੀ? ਮੱਲ ਸਿੰਘ ਦੀ। ਮੱਲ ਸਿੰਘ ਦੀ ਲਾਦ ਸੀ, ਜਿਹੜੇ ਤੁਹਾਡੇ ਯਾਰ ਬੇਲੀ ਸੀ? ਆਹੋ, ਸਿਆਣਾ ਉਹ ਸਾਡੇ। ਅੱਛਾ, ਆਪਣਾ ਘਰ ਪਿੰਡ ਦੇ ਕਿਹੜੀ ਸਾਈਡ ਤੇ ਸੀ? ਆਪਣਾ ਘਰ ਸਿੱਖਾਂ ਦੇ ਨਾਲ ਲੱਗਦਾ ਸੀ, ਐ ਬਣੇ ਸਿੱਖ ਸਨ। ਹਾਂਜੀ, ਐਸ ਬਣੇ। ਅੱਛਾ, ਨਾ ਕੰਦ ਸੀ ਉਹਦਾ ਥਾਂ। ਅੱਛਾ, ਉਹਨੇ ਉਹ ਕੋਈ ਮੱਲਾ ਪੱਤੀਆਂ ਜਾਂ ਕੋਈ ਜਿਵੇਂ ਹੁੰਦਾ ਸੀ ਪਹਿਲੇ? ਪੱਤਾ ਉਹ ਪੱਤੀਆਂ ਪੁੱਤੀਆਂ ਉੱਥੇ ਯਾਰ ਵਿੰਗ ਚੜੀਆਂ ਗਲੀਆਂ ਦੀ। ਅੱਛਾ, ਪੱਤੀਆਂ ਪੁੱਤੀਆਂ ਦੇ ਕੋਈ ਮੇਨ ਨਿਸ਼ਾਨੀ ਹੋਵੇ ਕੋਈ? ਕਾਹਦੀ? ਘਰ ਦੀ ਵੀ, ਉਹਦੇ ਲਾਗੇ ਕਿਹੜੀ ਚੀਜ਼ ਸੀ? ਸਾਡੇ ਘਰ ਦੇ ਲਾਗੇ? ਹਾਂਜੀ, ਮਸ਼ਹੂਰ ਚੀਜ਼ ਹੋਵੇ ਜਿਵੇਂ? ਮਸ਼ਹੂਰ ਸੀ ਉੱਥੇ ਕੇਸ਼ਵ ਬਾਹਮਣ ਸਿੰਘ ਦਾ ਘਰ ਸੀ ਲਾਗੇ। ਅੱਛਾ, ਉਹ ਚਬਾਰਾ ਜਿਹਾ ਪਾਇਆ, ਕੱਚਾ ਜਿਹਾ, ਪੱਕਾ ਜਿਹਾ, ਸਹੀ ਹੈ, ਤਾਂ ਉੱਚਾ। ਤੇ ਸਾਡਾ ਕਹਿੰਦੇ ਜਗਾਰ ਹੀ ਪਾਲੀ ਸਿੱਖ ਨਹੀਂ ਜਾਂਦੇ ਸੀ, ਆਪਸ ਮਾਰੇ ਇੱਦਾਂ ਤੋੜੀ। ਸਟੇਸ਼ਨ ਲੱਗਦਾ ਸੀ? ਸਟੇਸ਼ਨ ਨਹੀਂ, ਸਾਨੂੰ ਅੱਡਾ ਲੱਗਦਾ ਸੀ ਅਜਨਾਲਾ। ਅਜਨਾਲਾ? ਤੇ ਸਟੇਸ਼ਨ ਸਾਨੂੰ ਅੰਮ੍ਰਿਤਸਰ ਹੀ ਲੱਗਦਾ। ਅੰਮ੍ਰਿਤਸਰ? ਉਹ ਪੁਲਿਸ ਸਟੇਸ਼ਨ ਹੈਗਾ ਸੀ? ਪੁਲਿਸ ਥਾਣਾ ਹੈਗਾ ਸੀ ਪਿੰਡ ਦੇ? ਹਾਂ, ਨਹੀਂ ਉਹ ਥਾਣਾ ਅਜਨਾਲੇ ਜੀ ਸੀ, ਅਜਨਾਲੇ ਲੱਗਦਾ ਸੀ, ਤਹਿਸੀਲ ਸੀ। ਅੱਛਾ, ਉਹ ਐਡੀ ਦੂਰ ਹੈ ਜਿੱਦਾਂ ਇੱਥੋਂ ਜਾਣੀ ਹੈ। ਅੱਛਾ, ਸਹੀ। ਤੇ ਉਹ ਮਸਜਿਦ ਆਇਆ ਸੀ ਪਿੰਡ 'ਚ? ਹਾਂ, ਦੋ ਨੇ, ਦੋ ਪਿੰਡ ਸੀ। ਗੁਰਦੁਆਰਾ? ਗੁਰਦੁਆਰਾ ਵੀ ਉਹਨਾਂ ਦਾ ਹੈਗਾ, ਛੱਡ ਕੇ ਦੋ ਮਸੀਤਾਂ ਨੇ ਚੜ੍ਹਦੇ ਬਣੇ ਕਰਦੇ। ਉਹ ਮਸਜਿਦ ਕਿਹੜੇ ਚੜ੍ਹ ਲੈਂਦੇ ਪਾਸੇ ਸੀ? ਚੜ੍ਹਦੇ ਪਾਸੇ ਪਿੰਡ ਦੇ ਮਿਲਦੇ ਬਣੇ ਪਿੰਡ ਦੇ ਲੈਂਦੇ। ਤੇ ਗੁਰਦੁਆਰਾ? ਗੁਰਦੁਆਰਾ ਉਹਨਾਂ ਦਾ ਐਸ ਬਣੇ ਸੀ, ਉਹਨਾਂ ਦੇ ਬੰਨੇ ਵਾਲੇ ਚੜ੍ਹਦੇ ਪਾਸੇ ਲੱਗ ਗਏ ਸੀ। ਅੱਛਾ, ਕੋਈ ਉਹ ਖੂਹ ਸਿੱਖਾਂ ਦੇ ਜਿਹੜੇ ਖੂਹ ਦੱਸੇ ਨੇ ਨੌ, ਹਾਂ ਉਹਨਾਂ ਦੇ ਨਾਮ ਯਾਦ ਨੇ ਵੀ ਕਿਹੜੇ ਕਿਹੜੇ ਦੇ ਸੀ? ਉਹ ਖੂਹਾਂ ਦੇ ਵਿੱਚੋਂ ਨਾਂ ਹੈ ਇੱਕ ਬੁੱਧੂ ਵਾਲਾ। ਅੱਛਾ, ਇੱਕ ਹੈਗਾ ਗੋਰੇ ਵਾਲਾ। ਗੋਰੇ ਵਾਲਾ? ਇੱਕ ਕਲਰ ਵਾਲਾ। ਅੱਛਾ, ਸਹੀ। ਇੱਕ ਹੈਗਾ ਗੋਰੇ ਵਾਲਾ, ਉਹ ਮੱਲ ਸਿੰਘ ਦਾ, ਉਹਨੂੰ ਮੱਲੋ ਵਾਲਾ ਜਾਂਦੇ ਸਿੱਖ। ਅੱਛਾ, ਪਿੰਡ ਦਾ ਨੰਬਰਦਾਰ ਕੌਣ ਸੀ? ਨੰਬਰਦਾਰ ਹੈਗਾ ਇਹ ਸਾਡਾ ਹੀ ਵਿੱਚੋਂ ਇੱਕ ਹੈਗਾ ਸਿੱਖ ਸੀ। ਅੱਛਾ, ਇੱਕ ਹੈਗਾ ਸੀ ਮੁਸਲਮਾਨ, ਦੋ ਨੰਬਰ। ਅੱਛਾ, ਉਹਦਾ ਨਾਮ ਯਾਦ ਹੈ ਨੰਬਰਦਾਰ ਦਾ? ਇੱਕ ਨੰਬਰਦਾਰ ਹਾਥੀ ਹਾਥੀ ਉਹਨੂੰ ਆਉਂਦੇ, ਬੁੱਢਾ ਜਿਹਾ ਕੁੱਬਾ ਹੋ ਕੇ ਤੁਰਦਾ ਸੀ ਸਾਡਾ। ਅੱਛਾ, ਉਹਦਾ ਨਾਂ ਸੀ ਲਛਮਣ ਸਿੰਘ। ਲਛਮਣ? ਹਾਂ, ਲਛਮਣ ਸਿੰਘ। ਅੱਛਾ, ਅਤੇ ਨੰਬਰਦਾਰ ਇੱਕੋ ਹੀ ਸੀ? ਦੋ, ਦੋ ਸੀ, ਇੱਕ ਮੁਸਲਮਾਨਾਂ ਦਾ ਸੀ, ਇੱਕ ਉਹਨਾਂ ਦਾ। ਅੱਛਾ, ਜਿਵੇਂ ਉੱਥੇ ਕੋਈ ਮਜ਼ਹਬੀ ਉਹ ਤੇ ਨਹੀਂ ਸੀ ਕੋਈ ਵੀ ਤੁਸੀਂ ਸਿੱਖ ਹੋ ਤੁਸੀਂ ਮੁਸਲਮਾਨ, ਕੋਈ ਲੜਾਈ ਝਗੜਾ ਗਿਆ? ਨਹੀਂ, ਇੱਕ ਵਾਰੀ ਹੋਇਆ ਸੀ। ਅੱਛਾ, ਉਹ ਕੋਈ ਵਾਕਿਆ ਸੁਣਾਓ ਕੋਈ ਹੋਇਆ ਹੋਵੇ। ਉਹ ਇੱਕ ਵਾਰੀ ਗ੍ਰੰਥ ਉਹਨਾਂ ਪੜਿਆ, ਬਾਂਗ ਬੇਦਾ ਸੀ ਨੱਥੂ ਪਰਵਾਲਾ। ਹਾਂਜੀ, ਉਹਨਾਂ ਉਹ ਘੁੱਗੂ ਜਿਹਾ ਵਜਾ ਦਿੱਤਾ। ਅੱਛਾ, ਘੁੱਗੂ ਘੁੱਗ ਬੜੀ ਆਵਾਜ਼ ਹੁੰਦੀ ਉਹਦੀ। ਹਾਂ, ਉਹ ਜੱਟ ਤੇ ਗਏ ਸੀ ਖੂਹਾਂ ਤੇ। ਹਾਂ, ਤੇ ਮਾਮੂ ਚੰਗੜ ਹੁੰਦਾ ਸੀ। ਅੱਛਾ, ਘਰ ਵਾਹ ਪੰਜ ਚਾਰ ਉਹਨਾਂ ਦੇ, ਪੰਜ ਸੱਤ ਮਹਿਰਾਂ ਦੇ, ਪੰਜ ਸੱਤ ਜਲਾਂ ਦੇ, ਇਹਦਾ ਕਸਬਾ ਬੜਾ ਸੀ। ਤੂੰ ਜਾਮੂ ਆਉਂਦਾ ਸੀ ਭੈਣ ਲਾਉਂਦੇ ਨੇ ਘੁੱਗੂ ਵਜਾ ਦਿੱਤਾ, ਡਾਂਗਾਂ ਫੜੀਆਂ ਤੇ ਉਹ ਘੁਮਿਆਰ ਹੀ ਘਸਾਈਆਂ ਤੇ ਕੋ ਜਾਮੂ ਤਿੰਨ ਚਾਰ ਮੁੰਡੇ ਬਾਬਾ ਜਿਹੜਾ ਜਾ ਕੇ ਪੜਤ ਕੁੱਟ ਸੁਕੇ ਕੁੱਟੇ ਤੇ ਉਹ ਕੀ ਗੱਲ ਹੋਈ ਆ, ਤੂੰ ਘੁੱਗੂ ਕੁ ਵਜਾਇਆ, ਉਹਦੇ ਚੋਰ ਥੜਦਾ ਆ ਗਿਆ, ਆਇਓ ਲੈ ਕੀ ਗੱਲ ਆ, ਆਹ ਗੱਲ ਇਕੱਠੇ ਹੋ ਗਏ, ਮੁਸਲਮਾਨ ਵੀ ਖੂਹ ਛੱਡ ਕੇ ਆ ਗਏ, ਲੜਾਈ ਹੋਣ ਲੱਗੀ। ਅੱਛਾ, ਥੜਦਾ ਸੀ ਸਿੱਖ, ਉਹ ਵੀ ਆ ਗਿਆ, ਉਹਦਾ ਗੱਲ ਕੀ ਅਸਲੀ? ਉਹਨਾਂ ਕਿਹਾ ਅਸੀਂ ਬਾਗ ਦਿੰਦੇ ਹਾਂ ਤੇ ਇਹਨੇ ਘੁੱਗੂ ਵਜਾਇਆ। ਅੱਛਾ,
सिखा तू भुगू बजाया गया हो तू मांग दे नू जा टाइम नहीं होया सिख थानेदार कह नहीं आप सिख थानेदार अजे नहीं टाइम होया चलो तू दे आत्मा सिंह भुगू बजा वो जाता डे फूका मार जो तेरा टाइम ही कोई नहीं अपने पिंड दसो ना अपने जो मेनू दसो अपने रोला पिया है उदो कि पता लगा तेनू आलवा सा मक्खिया बीजते हाँ पिंडो चौकीदार गया पाकिस्तान बन गया तैयार हो गए तुम चलो अच्छा आख्या जा भाजा दो तीन फेरे आते बाबा आता बाबा बोला तुम खड़ा वो आता चल छे फिर चलिए अगर गया सारा पिंड ना चोर बदा पुरा पुरा बन के तुरे जा सिख उठे रोन नाले नाले मिलन अभी भी चले गए अभी भी चाबी देती सिख नो अभी भी चले आ अच्छा सिख रोंदे भी थी जो तुम्हें छड़न आए ते ओ जो कोई मारन वाले भी आउणगे या नहीं 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 साडे पिंड जसा नहीं पिया उंज रोंदे से एक दूजे नाल जफियां पाउंदे सी प्यार मोहब्बत बहुत सी बड़ा बड़ा रोंदे सी पिंड वाले ओ जो अहीं आए ना साडा जैलदार सी एक जैलदार ओदा नाम की सी ओदा दास ब्रह्मा ओदे नाम यार मेरी याद ही ओ मुसलमान सी आहो अच्छा ओ जैलदार जी बड़ा पिंड दा सी अच्छा ओ फिर पिंड च फिरिया ना बड़ा च जो मुसलमान मेरे को आजपुर दरिया कंडे से ही उन्हें आख्या उस नंगा गया पर मशीर गाने साडे को अज का जो खड़ कडो बनी थी ओदा तो ही उन्हें खुद नाल की सैर सारे पिंड का 500 बंदा ही मंग परती उस जमाने के कोई जसा नहीं पिया बिलकुल जो आ गया ना दरिया से तो रह गई उठे तो वो माज पता लगा डोगरा मैटरी पै गई फिर दरिया कंडे कंडे बन लै फिर जिन्ने एक बड़े गए जिले दरिया चले गए अज दरिया गांव मर गया वो बच गए तो उतने वो सूबेदार जरा गलाम आता सूबेदार जाए पिंड वो रापुर का रापुर उन्हें जो सारे 12 पिंड अपने पिंड मंगवा लिया वो जैलदार थी गुलाम मोहम्मद हाँ मेरी इन्नी साल उम्र है तू मेरा यार बेली उ सिखा चो मेरे रबता करे यार मेरी उम्र से वाह कबड्डी कुड़ी खेलते मेरे यार से गए दर्शो कैला अच्छा वीर सिंह बचन सिंह यार से साढ़े खूह लागे से ना कट्ठे रहते अच्छा यो कबड्डी कुड़ी खेलते जोर यार भी करते था स्कूल आया थी पिंड नहीं साढ़े पिंड भी स्कूल चमारी से चमारी 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 शहर है एक जगह अच्छा तू सुनया नहीं वो चमारी शहर जरा ना पक्का है सलवार राजा ही सियालकोट का अच्छा चिमियार नहीं रंग रंग देंगे चिमियारी ही तो आती वो सलवार ने आख्या मेरे ना निकाह लाया उन्हें आख्या फेरे से लै लूंगी मेरा शहर पक्का बना लू अच्छा सियालकोट बंदे ना बंदा जोड़ के टट वा के इक्के दिन अच्छा वो बाजार पक्का बन गया वो राज चिमियारी अच्छा वो हूँ मुसलमान हो गए नसीब हो गए अच्छा जो वंड च रोले पे अफरा तफरी पई है हाँ वो पिंड च सही सलामत पहुंच गए बिलकुल आ गए जो पिंड च रौला पिया उदो तो रापुर आ गए ना कट्ठे हो गए 12 पिंड ते रौला पिया दरिया ते आन के बाद च दिल नहीं किया पिंड जाने वापस नहीं नहीं गए गए कोई भी नहीं गया दिल भी नहीं किया याद आंदा पिंड हाँ याद तो आंदा अच्छा वो नक्शा याद है घर का पिंड का अच्छा हूँ जाओगे पहचान लोगे लेंदे बने कबर है लेंदे बने मसीदे कबर अगले बने
ਇੱਧਰ ਲੈਂਦੇ ਬੰਨੇ ਸਾਡਾ ਘਰ ਆ। ਤੂੰ ਜਿਹੜਾ ਪਿੰਡ ਦਾ ਨੰਬਰਦਾਰ ਸੀ ਸਿੱਖ, ਹਾਂ ਉਹਦਾ ਮੇਲ ਵਰਤਨ ਕਿਵੇਂ ਸੀ? ਉਹ ਵੀ ਠੀਕ ਸੀ ਯਾਰ, ਸਾਡੇ ਨਾਲ ਠੀਕ ਠਾਕ ਸੀ। ਸਹੀ ਹੈ। ਲਾਗੇ ਲਾਗੇ ਪਿੰਡਾਂ 'ਚ ਗਏ ਸੀ ਕਦੀ? ਆਹੋ, ਕਈ ਜਾਂਦੇ ਮੇਲਾ ਵੇਖਣ ਜਾਣਾ। ਮੇਲਾ ਕਿਹੜਾ ਲੱਗਦਾ ਸੀ ਉੱਥੇ? ਉਹ ਉੱਥੇ ਮੇਲੇ ਲੱਗਦੇ ਸੀ ਪਿੰਡਾਂ 'ਚ, ਜਿੱਦਾਂ ਇੱਥੇ ਨਹੀਂ ਆ ਪੀਰ ਲਾਉਣਾ। ਨਹੀਂ, ਕੋਈ ਮਸ਼ਹੂਰ ਮੇਲੇ ਦਾ ਨਾਮ ਕੋਈ ਯਾਦ ਹੋਵੇ? ਮਸ਼ਹੂਰ ਮੇਲਾ ਤਾਂ ਉੱਥੇ ਵੈਸੇ ਚੌਲੀ ਫਾਰਮਾ ਨੇ, ਹਾਂ ਇਹਨਾਂ ਦੇ ਪਿੰਡ ਲੱਗਦਾ ਸੀ, ਸਾਡੇ ਮਾਮੇ ਸੀ ਉੱਥੇ। ਉਹ ਅੱਠ ਦੇ ਰਹਿੰਦਾ ਸੀ, ਇੱਕ ਗੁਜਰਪੁਰੇ ਰਹਿੰਦਾ, ਇੱਕ ਗੁਜਰਪੁਰਾ ਸੜਕ ਦੇ ਉੱਤੇ ਆ। ਨਹੀਂ, ਉੱਥੇ ਇੰਡੀਆ ਦੀ ਗੱਲ, ਪਿੰਡ ਮੇਲਾ ਲੱਗਦਾ ਸੀ? ਹਾਂ, ਸਾਡੇ ਪਿੰਡ ਪਿੰਡਾਂ 'ਚ ਗਏ। ਅੱਛਾ, ਅਤੇ ਸਾਡੇ ਪਿੰਡ ਵੀ ਮੇਲਾ ਲੱਗਦਾ ਸੀ। ਅੱਛਾ, ਹਾਂ 1500 ਦੀ ਕਹੇ। ਸਹੀ ਹੈ। ਉੱਥੇ ਫਸਲਾਂ ਫਸਲਾਂ ਜਿਹੜੇ ਬਾਰਿਸ਼ 'ਚ ਹੁੰਦੀਆਂ ਸੀ ਜਾਂ ਨਹਿਰੀ ਪਾਣੀ ਸੀ? ਨਹੀਂ, ਨਹਿਰੀ ਨਹੀਂ ਸੀ, ਖੂਹ ਖੂਹ ਸੀ। ਖੂਹ ਨਹਿਰ ਨੂਰ ਨਹੀਂ ਆਉਂਦੀ ਸੀ? ਨਹੀਂ, ਨਹਿਰ ਕੋਲ। ਫਸਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ? ਕਣਕ, ਕਮਾਦ, ਮੱਕੀ, ਮੱਡਲ। ਅੱਛਾ, ਛੋਲੇ, ਕਣਕ, ਹਰ ਸ਼ੈ ਹੁੰਦੀ। ਅੱਛਾ, ਅਤੇ ਜਦੋਂ ਵੰਡ ਵੇਲੇ ਪਾਕਿਸਤਾਨ ਇੰਟਰ ਹੋਏ ਹੋ, ਪਹਿਲੇ ਕਿਹੜੇ ਕਿਹੜੀ ਜਗ੍ਹਾ 'ਤੇ ਆ ਕੇ ਬੈਠੇ ਹੋ? ਪਹਿਲਾਂ ਆਇਆ ਜੀ ਸ਼ੁਰੂ ਤੋਂ ਉੱਥੋਂ ਨਾਰੋਵਾਲ, ਨਾਰੋਵਾਲ, ਨਾਰੋਵਾਲ ਉੱਥੋਂ ਨਿਕਲ ਕੇ ਨਾ ਦਰਿਆ, ਹਾਂ ਸਾਡੇ ਰਿਸ਼ਤੇਦਾਰ ਸੀ। ਅੱਛਾ, ਹਾਂ ਅਗਰ ਪਤਾ ਕਰ ਚੱਲੀ, ਉਹਨਾਂ ਦਸ ਚੱਲੀ ਗਈ, ਚੱਲਿਆ ਅੱਠ ਚੱਕ। ਅੱਛਾ, ਫਿਰ ਕਦੇ ਆਉਣਾ ਪਿਆ ਜੇ, ਹਾਂ ਅਸੀਂ ਉੱਥੋਂ ਲੰਘ ਕੇ ਉੱਥੇ ਗਏ, ਉਹਨਾਂ ਨੂੰ ਆਖਿਆ ਵੀ ਦੋ ਦਿਨ ਰਹਿ, ਅਤੇ ਫਿਰ ਅਸੀਂ ਆ ਗਏ ਤੁਰ ਪਏ। ਜੋ ਨਾਰੋਵਾਲ ਚੜੇ ਮਾਲ ਗੱਡੀ 'ਤੇ, ਅਤੇ ਅਸੀਂ ਆ ਗਏ ਸ਼ੇਖਪੁਰ। ਹਾਂਜੀ, ਅਤੇ ਸ਼ੇਖਪੁਰ ਆਏ ਹਾਂ, ਉੱਥੇ 3 ਦਿਨ ਰਹਿ, 4 ਦਿਨ ਵੀ ਇੱਥੇ ਜ਼ਮੀਨ ਕਟਾਉਂਦੇ ਹਾਂ। ਉਹ ਆਖਣ ਲੱਗੇ ਇੱਥੇ ਸਿੱਖਾਂ ਦੇ ਗੁਰਦੁਆਰਾ ਸੀ। ਅੱਛਾ, ਉਹ ਇੱਥੇ ਨਹੀਂ ਆਇਆ। ਫਿਰ ਮੈਂ ਚੰਗਾ ਯਾਰ ਸਾਡੇ ਪਿੰਡ ਦਾ ਉੱਥੇ ਰਹਿ ਪਿਆ, ਇੱਕ ਤਾਂ ਮੈਂ ਆਖਿਆ ਅਸੀਂ ਜਾਂਦੇ ਹਾਂ ਅੱਠ 'ਚ, ਅਸੀਂ ਗੱਡੀ ਚੜ੍ਹੀ ਮਾਲ ਗੱਡੀ 'ਚ ਆ ਕੇ ਖਾਣੇ ਵਾਲਾ। ਅੱਛਾ, ਖਾਣੇ ਵਾਲਾ ਆ ਕੇ ਉਤਰੇ ਅਤੇ 5 ਵਜੇ ਅਸੀਂ ਸਵਾਰੀ ਗੱਡੀ 'ਚ ਬੈਠੀ ਆ, ਅਤੇ ਇੱਥੋਂ ਤੋਂ ਲਾ ਕੇ ਕੋਈ ਜਿਹੜੀ ਸੜਕ ਸੜਕ ਨਹੀਂ ਜਾਂਦੀ ਪੱਕੀ, ਉੱਥੋਂ ਹੀ ਉਹ ਸੜਕ ਪੈ ਕੇ ਤਾਂ ਉੱਥੋਂ ਆ ਕੇ ਦਸ ਨੂੰ ਆਏ, ਦਸ 'ਚ ਸਾਡੇ ਰਿਸ਼ਤੇਦਾਰ ਸੀ। ਅੱਛਾ, ਉੱਥੇ ਆਏ ਉਹਨਾਂ ਨੇ ਰੋਟੀ ਰਾਟੀ, ਰੋਟੀ ਰਾਟੀ ਪਤਾ ਨਹੀਂ ਖਾਧੀ, ਜਦੋਂ ਅਸੀਂ ਆਟੋ ਚਲੇ ਗਏ, ਆਟੋ ਸਾਡੀ ਬਰਾਬਰ ਹੋਈ। ਨਾਨਕੇ ਕਿਹੜੇ ਪਿੰਡ ਸੀ ਉੱਥੇ ਇੰਡੀਆ? ਸਾਡੇ ਮੇਰੇ ਜੱਟਾ ਪੱਛੀ ਆ। ਉਹ ਕਿਹੜੇ ਜ਼ਿਲ੍ਹਾ 'ਚ ਸੀ? ਉਹ ਵੀ ਅੰਮ੍ਰਿਤਸਰ ਤਹਿਸੀਲ ਲਾਣੇ ਸੀ। ਕਿਹੜਾ ਪਿੰਡ ਸੀ? ਜੱਟਾ ਅਤੇ ਪੱਛੀ ਆ। ਅੱਛਾ, ਆ ਫਾਰਮ ਵਾਲਿਆਂ ਦਾ, ਉਹ ਮੇਰੇ ਮਾਮੇ ਦਾ ਪਿੰਡ ਆ। ਅੱਛਾ ਅੱਛਾ, ਕਿਵੇਂ ਉਹ ਵਕਤ ਚੰਗਾ ਸੀ ਆ ਇੱਥੇ ਆ ਕੇ? ਉਹ ਵਕਤ ਸੀ ਤਾਂ ਮੈਂ ਤਾਂ ਦੱਸਾਂ, ਉਹ ਵਕਤ ਦੀਦ ਕਰਦੇ ਇੱਕ ਦੂਜੇ ਦੀ, ਹਾਂਜੀ, ਭਾਵੇਂ ਮਾੜਾ ਅਤੇ ਭਾਵੇਂ ਤਗੜਾ, ਚੋਰੀ ਇੱਕ ਦੂਜੇ ਦਾ ਪਤਾ ਲੈਣਾ, ਤੰਗ ਤਾਂ ਨਹੀਂ। ਸਾਡੇ ਪਿੰਡ ਨਾ ਵੇਖ ਲਾ, 2-3 ਲੜਾ ਸੀ ਵਿਆਹੀਆਂ, ਚੋਰੀ ਜਫੜ ਕੇ ਪੈਂਦੀਆਂ ਆ ਫਾਰਮਾਂ, ਉਹਨਾਂ ਆਉਣਾ ਜੀ 6 ਮਹੀਨੇ, ਸਾਡੇ ਮਾਮੇ ਨੇ ਜਲਾਬ ਹੋਣਾ ਸਾਡੇ ਘਰ ਰਹਿਣਾ ਰਾਤ, ਮੈਨੂੰ ਉਹਨਾਂ ਆਖਣਾ ਉਹ ਪਤਾ ਲੈ ਉਹਨਾਂ ਤੇਰੇ ਨਾਲ, ਅਤੇ ਕੀ ਗੱਲ ਨੇ ਉਹਨਾਂ ਨੂੰ ਦੱਸਣਾ ਜਾ ਕੇ, ਅਤੇ ਤੁਹਾਨੂੰ ਇਸ ਤਰ੍ਹਾਂ ਬਾਬਾ ਆਇਆ ਮਾਮੇ ਹੋਣੀ ਚਾਹੁੰਦੇ ਆ, ਉਹਨਾਂ ਆਉਣਾ ਨਾ ਉਹਨਾਂ ਪਿਆਰ ਦੇਣਾ ਨਾ ਕੋਲ ਪੈਸੇ ਦੇਣੇ, ਉਹਨਾਂ ਦੀ ਮਾਨ ਉਹ ਜ਼ਮਾਨਾ ਚੰਗਾ ਸੀ, ਬਹੁਤ ਚੰਗਾ। ਅੱਛਾ, ਜਿਹੜੇ ਸਿੱਖਾਂ ਦੇ ਨਾਮ ਲਏ ਨੇ ਨੰਬਰ ਦਾ, ਉਹਨਾਂ ਨੇ ਕੋਈ ਸਿੱਖਣੀਆਂ ਦਾ ਨਾਮ ਨਹੀਂ ਯਾਦ ਸੀ ਕੋਈ ਉਹਨਾਂ ਦੀਆਂ ਮਾਵਾਂ ਦਾ ਜਾਂ ਕੋਈ ਉਹਨਾਂ ਦਾ? ਹਾਂ, ਜਿਵੇਂ ਤੁਹਾਡੇ ਮਸਾਏ ਰਹਿੰਦੇ ਹੁਣ ਆਸੇ ਪਾਸੇ? ਇੱਕ ਨਾ ਵੀਰੋ ਸੀ, ਵੀਰੋ ਵੀਰੋ ਕਹਿੰਦੇ ਤੇ, ਇੱਕ ਨਾ ਗੁਰੂ, ਇੱਕ ਨਾ ਬਚਨੂ। ਅੱਛਾ, ਇਹੋ ਜਿਹਾ ਨਾਮ। ਅੱਛਾ, ਆਪਣੇ ਸਾਰੇ ਨਾਲ ਸਿੱਖ ਹੀ ਰਹਿੰਦੇ ਸੀ? ਆਹੋ, ਘਰਾਂ ਦੇ ਨਾਲ ਹੀ। ਆਹੋ, ਨਾਲ ਨਾਲ। ਸਹੀ ਹੈ। ਖੇਡਾਂ ਕੀ ਖੇਡਦੇ ਸੀ ਛੋਟੇ ਹੁੰਦੇ? ਛੋਟੇ ਗੁੰਡ ਕਬੱਡੀ ਖੇਡਣੀ, ਬਾਲ ਬਣਾ ਲੈਣੀ ਐਰੋ ਬੰਦਿਆਂ ਦੀ, ਇੱਕ ਦੂਜੇ ਚੜ ਜਾਣਾ ਸੜਕ ਘੋੜੀ, ਉਹ ਪੀਸਣਾ ਪੀਸਣਾ, ਕਿੰਨੇ ਲੱਡੂ, 2-3 ਗੱਲ ਘੱਟੀ ਚਲੋ, ਅਗਰ ਕੋਈ ਉੱਥੇ ਰਾਬਤਾ ਹੋਇਆ ਤੁਹਾਡਾ ਕਰਾਵਾਂਗੇ, ਦਿਲ ਕਰਦਾ ਪਿੰਡ ਦੇਖਣ ਨੂੰ ਤੇ। ਅੱਛਾ, ਹਾਂ ਉੱਥੇ ਉਹਦਾ ਨਾਂ ਹੈ ਇੱਕ ਨਾ ਦਰਸ਼ੋਈ। ਅੱਛਾ, ਹਾਂ ਜੇ ਹੋਏ ਤੇ, ਹਾਂ ਉਹਨਾਂ ਦੀ ਲਾਦਾਂ ਅੱਗੇ ਹੋਣੀ ਆ। ਉਹਨਾਂ ਨੂੰ ਆਖੇ ਮੱਲ ਸਿੰਘ ਦੇ ਬੋਲੇ ਦੇ, ਮੱਲ ਸਿੰਘ ਦੇ, ਮੱਲ ਸਿੰਘ ਦੇ, ਹਾਂ ਉਹਦੇ ਨਾਲ ਰਾਬਤਾ ਕਰੋ। ਹਾਂ, ਮੱਲ ਸਿੰਘ ਤਾਂ ਮਰ ਗਿਆ ਹੋਊਗਾ, ਉਦੋਂ ਹੀ ਬੁੱਢਾ ਜਦੋਂ ਜਾਏ ਹਾਂ। ਅੱਛਾ, ਉਹਦੇ ਮੁੰਡੇ ਜਿਹੜੇ ਸਾਡੇ ਆ ਗਏ ਮੱਲ ਸਿੰਘ ਦੇ ਮੁੰਡੇ ਸੀ। ਹਾਂ, ਉਹਨਾਂ ਕੀ ਨਾਮ ਸੀ ਇੱਕ ਵਾਰੀ ਹੋਰ ਲੈ ਦਿਓ ਉੱਚੀ ਜਣੇ? ਇੱਕ ਨਾਲ ਇੱਕ ਨਿਰੰਜਨ ਸਿੰਘ। ਅੱਛਾ, ਇੱਕ ਨਾ ਵੀਰ ਸਿੰਘ। ਅੱਛਾ, ਇੱਕ ਨਾ ਬਚਨਾ। ਹਾਂ, ਇੱਕ ਨਾ ਦਰਸ਼ੂ। ਹਾਂ, ਇੱਕ ਨਾ ਕੈਲਾ। ਸਹੀ ਹੈ। ਇਹ 3-4 ਨਾ 5 ਮੁੰਡੇ ਹੋਏ। ਠੀਕ ਹੈ, ਸਭ ਵਗਾ ਜਿਵੇਂ। ਅੱਛਾ, ਪਿੰਡ 'ਚ ਕੋਈ ਬੋਰਡ ਬੂਰਡ ਆਇਆ ਸੀ? ਹਾਂ, ਬੋਰਡ ਹੈਗਾ ਸੀ। ਕਿੰਨੇ ਕੁ ਸੀ? ਇੱਕ ਬੋਰਡ ਸੀ ਅਸਾਈਆਂ ਦੀ ਠੱਠੀ 'ਚ, ਬੜਾ ਤਗੜਾ। ਅੱਛਾ, ਬੇ ਬਾ ਬੋਰਡ ਸੀ। ਹਾਂ,
ਇੱਕ ਸਾਡੇ ਬੰਨੇ ਮਸ਼ੀਨ ਲਾਗੇ ਲਈਦੇ ਬਣੇ ਸਰੀਰ ਸੀ ਬੜਾ ਤਗੜਾ। ਅੱਛਾ ਉਹ ਸਰੀਰ ਦੇ ਲਾਗੇ ਇੱਕ ਬੋਰਡ ਲਾਇਆ ਉਹ ਹਜੇ ਛੋਟਾ ਜਿੱਦਾਂ ਕਾ ਖੰਭਿਆਂ ਦਾ। ਅੱਛਾ ਅਤੇ ਉਹ ਬਾਕੀ ਜਿਹੜਾ ਆਪਣੇ ਜਿਵੇਂ ਪੜ੍ਹੇ ਗਏ ਸੀ ਹਾਂ ਸਿੱਖਾਂ ਦੇ ਬੰਨੇ ਵਾਲਾ ਸਹੀ ਹੈ। ਅਤੇ ਹੋਰ ਕੋਈ ਮਸ਼ਹੂਰ ਜਗ੍ਹਾ ਪਿੰਡ ਦੀ ਕੋਈ ਹੋਵੇ ਜਿਵੇਂ ਬੈਠੇ ਬੈਠੇ ਹੁੰਦੇ ਨੇ ਬਜ਼ੁਰਗ ਸੱਥ ਜਿਹਨੂੰ ਕਹਿੰਦੇ ਨੇ? ਹਾਂ ਹਾਂ ਉਹ ਤਖ਼ਤ ਪੋਸ਼ ਸੀ। ਤਖ਼ਤ ਪੋਸ਼ ਹਾਂ ਅਤੇ ਉਹਦੇ ਉੱਤੇ ਨਾ ਐਡਾ ਬੜਾ ਬਣਾਇਆ ਹੋਇਆ ਪੰਜ ਚਾਰ ਪਾਵੇ ਹਨ ਲੰਮਾ ਬਣਾਇਆ ਸੀ ਉਹਦੇ ਉੱਤੇ ਬੰਦੇ ਬਹਿ ਰਹਿੰਦੇ ਸੀ। ਉਹ ਸਿੱਖਾਂ ਦੇ ਅਤੇ ਸਾਡੇ ਮੁਸਲਮਾਨ ਦੇ ਲਾਗੇ ਨਾਲ ਸੀ ਉਹ ਵੀ ਬਹਿ ਰਹਿੰਦੇ ਸੀ ਅਸੀਂ ਬਹਿ ਰਹਿੰਦੇ ਹਾਂ। ਪਿਆਰ ਮੁਹੱਬਤ ਸੀ? ਹਾਂ ਪਿਆਰ ਮੁਹੱਬਤ ਕੋਈ ਬੜਾ ਬੜਾ ਉੱਧਰ ਉੱਧਰ ਰਾਤ ਤੁਰੇ ਫਿਰਦਾ ਲੜਾਈ ਸ਼ਾਇਦ ਸਾਡੇ ਪਿੰਡ ਉਦੋਂ ਹੀ ਹੋਈ ਆ ਇੱਕ ਵਾਰੀ। ਉਹ ਹਰ ਪਿੰਡ 'ਚ ਛੋਟੇ ਮੋਟੇ ਹੋ ਜਾਂਦੀ ਘਰਾਂ 'ਚ ਹੋ ਜਾਂਦੀ ਉਹਦੇ ਉਹ ਵੀ ਹੋਈ ਆ ਉਹ ਪੜ੍ਹਨ ਤੋਂ। ਅੱਛਾ ਉਹ ਅਜ਼ਾਨ ਦਿੰਦਾ ਸੀ ਅਤੇ ਉਹ ਘੁੱਗੀ ਵਜਾਉਂਦਾ ਸੀ। ਆਹੋ ਅਤੇ ਉਹ ਕੁੱਟੇ ਉਹਨਾਂ ਬੜੇ ਹਾਂ ਕੁੱਟੇ ਦੇ ਫੇਰ ਉਹ ਚੋਰੀ ਟਾਣੇਦਾਰ ਆ ਗਿਆ ਟਾਣੇਦਾਰ ਨੇ ਆਖਿਆ ਫਿਰ ਨਿਆਂ ਕੀਤਾ ਠੀਕ ਉਹਨੇ ਆਖਿਆ ਕੀ ਗੱਲ ਹੋਈ ਆ ਬਈ ਆਖਿਆ ਜੀ ਬਾਂਗ ਦਿੰਦਾ ਇੱਥੇ ਨੇ ਘੁੱਗੂ ਜਿਹਾ ਹੋਇਆ ਅਤੇ ਹਾਂ ਆਣ ਕੇ ਕੁੱਟ ਸੁੱਟੇ ਨੇ ਅਤੇ ਜੱਟਾਂ ਨੂੰ ਪਤਾ ਨਹੀਂ ਕਿ ਕੁੱਟੇ ਵੀ ਚੰਗੜਾ ਜਲਾਇਆ। ਕੌਮਾਂ ਕਿਹੜੀਆਂ ਕਿਹੜੀਆਂ ਬਾਤ ਸੀ ਆਪਣੇ ਪਿੰਡ 'ਚ ਕਿਹੜੀਆਂ ਕਿਹੜੀਆਂ ਕੌਮਾਂ ਸੀ? ਸਾਡੇ ਕੌਮਾਂ ਹੈਗੇ ਚੰਗੜ ਵੀ ਹੈਗੇ ਸੀ ਧਾਰਾਂ ਕੱਢ ਦਿੰਦੇ। ਅਤੇ ਆਪਣੀ ਕੌਮ ਕੀ ਹੈ ਦੱਸਿਆ ਜੀ? ਆਪਣੀ ਦਿਓਲ ਜੱਟ ਦਿਓਲ ਜੱਟ ਸਹੀ ਹੈ। ਉਹ ਦਾਦੇ ਪੜਦਾਦੇ ਆਪਣੇ ਸਿੱਖ ਸੀ ਪਿੱਛੋਂ? ਹਾਂ ਤੇ ਨਹੀਂ ਵੇਖੇ ਸੁਣਿਆ ਤੇ ਪਹਿਲਾਂ ਕਦੇ ਆਉਂਦੇ ਜੱਟਾਂ ਚੋਂ ਨੇ। ਹਾਂ ਜੱਟ ਨੇ ਜੱਟ ਹੀ ਜੱਟ ਆਉਂਦੇ ਰਹੇ ਅਸੀਂ ਤੇ ਨਹੀਂ ਆਪਣੀ ਹੋਸ਼ ਸੁਣਿਆ। ਹਾਂਜੀ ਹੁਣ ਜਾਂਦੇ ਰਹੇ ਗੱਲਾਂ ਕਰਦੇ ਮਰਾਸੀਆਂ ਕੋਈ ਸ਼ੀਰੇ ਹੁੰਦੇ ਸੀ। ਹਾਂਜੀ ਹਾਂਜੀ ਸਾਡਾ ਪਿੰਡ ਹੈਗਾ ਸੀ ਗਿੱਲ ਗਿੱਲਾਂ ਦਾ ਗਿੱਲ ਸੀ ਗਿੱਲ ਗਿੱਲ ਨਾਲ ਜਿੱਦਾਂ ਅੱਧਾ ਅਤੇ ਇੱਕ ਕੌਮ ਉਹ ਸਿੱਖਾਂ ਦੀ ਸੀ ਅਤੇ ਸਾਡੇ ਜਿਹੜੇ ਦੋ ਹਨ ਬੰਦੇ ਆਏ ਉਹ ਕਿਤੇ ਕਲਾਨੌਰ ਵੱਲੋਂ ਇੱਧਰੋਂ ਦਿੱਲੀ ਵੱਲੋਂ ਆਏ ਮਾਲ ਚਾਰ ਦੇ। ਅੱਛਾ ਮਾਲ ਚਾਰ ਦੇ ਉੱਥੇ ਰਹਿ ਪਏ ਉੱਥੇ ਦੁੱਧ ਜਲ ਪੀਣਾ ਉਰਾ ਪਰਾ ਉਹ ਇੱਕ ਦਿਨ ਪੈ ਗਿਆ ਰੌਲਾ। ਅੱਛਾ ਉਹ ਗਿੱਲਾਂ ਦੀ ਕੁੜੀ ਚੁੱਕ ਕੇ ਲੈ ਗਏ। ਅੱਛਾ ਉਹ ਖਾ ਰਹੀ ਸੀ ਇੱਕ ਕੌਮ ਹੈਗੀ ਸੀ ਉਹ ਖਾ ਜਾਂਦੀ ਸੀ। ਅੱਛਾ ਉਹ ਲੈ ਗਏ ਰੌਲਾ ਪਿਆ ਉਹ ਸਾਡਾ ਜਿਹੜਾ ਮਾਈ ਸੀ ਨਾ ਵੱਡਾ ਉਹ ਆਉਂਦਾ ਯਾਰ ਮੱਲੀ ਪਤਾ ਕਰੀ ਹੋਏ ਬੰਦੇ ਦਾ ਬੰਦਾ ਦਾਰੂ ਆ ਮੱਲ ਸਿੰਘ ਨੂੰ ਕਹਿੰਦਾ ਜਿਹੜਾ ਸਿੱਖ ਸੀ? ਨਹੀਂ ਨਹੀਂ ਆਪਣੇ ਮੁਸਲਮਾਨ ਦੋਵੇਂ ਭਰਾ ਸਨ ਨਾ। ਅੱਛਾ ਅੱਛਾ ਅਤੇ ਉਹ ਡੰਗਰ ਚਾਰ ਰਹੇ ਤੇ ਬਾਹਰ ਹੀ ਨਹੀਂ ਉਹਨਾਂ ਕਹਿੰਦਾ ਯਾਰ ਰੌਲਾ ਪਿਆ ਹੈ ਪਤਾ ਕਰੀਏ। ਉਹ ਜਿਹੜਾ ਸੀ ਨਾ ਦੂਜਾ ਵੱਡਾ ਉਹ ਆਉਂਦਾ ਯਾਰ ਤੂੰ ਕਰਿਆ ਪਤਾ ਉਹ ਆਉਂਦਾ ਚੱਲ ਤੂੰ ਜਾ ਉਹ ਗਿਆ ਅਤੇ ਆਉਂਦਾ ਹਾਂ ਵੀ ਸਲਾਮਾਂ ਅਲੈਕੁਮ ਕਿਵੇਂ ਬੈਠੇ ਹੋ? ਉਹ ਗਿਆ ਭਲਿਆ ਲੋਕਾਂ ਤੋਂ ਮੁਸਾਫਰ ਡੰਗਰ ਚਾਰ ਦਾ ਤੈਨੂੰ ਕੀ ਪੁੱਛਣਾ? ਉਹਨੇ ਇਹ ਜਨਾਬ ਮੈਨੂੰ ਦੱਸੋ ਤਾਂ ਸਹੀ ਨਾ ਅਤੇ ਪੰਜ ਸਿਰ ਪੱਕੇ ਦਾ ਖੁੰਡਾ ਸੀ ਉਹਦੇ ਕੋਲ। ਅੱਛਾ ਜਵਾਨ ਅੱਡੇ ਸਨ ਅਤੇ ਉਹਨਾਂ ਨੇ ਜੀ ਬੰਦੇ ਦਾ ਬੰਦਾ ਹੁੰਦਾ ਦਾਰੂ ਸਾਡੀਆਂ ਮੱਝਾਂ ਘਾਹ ਖਾਂਦੀਆਂ ਤੁਹਾਡੀ ਜੂਹ ਦਾ ਅਤੇ ਸਾਡਾ ਹੱਕ ਆ ਪੁੱਛਣ ਦਾ। ਹੁਣ ਆ ਗਿਆ ਜੀ ਕੁੜੀ ਇੱਕ ਲੈ ਗਿਆ ਚੀਰ ਕੇ ਚੀਕ ਹੈ ਨਾ ਉਹਨਾਂ ਖਾ ਲੈਣੀਆਂ ਕਿੱਧਰ ਨੂੰ ਗਏ ਜੰਗਲ ਜਾ ਵੜਿਆ ਉੱਧਰ ਨੂੰ ਤੁਰਿਆ ਤਾਂ ਉਹਨੂੰ ਫੜ ਨਾ ਜਾ ਤੈਨੂੰ ਵੀ ਖਾ ਲੈਣੀ ਉਹ ਆਉਂਦਾ ਮੈਨੂੰ ਖਾ ਲੈਣੇ ਤੋ ਜਾਣੇ ਤੂੰ ਜਾਣਦਾ ਜਾ ਕੇ ਕੀ ਕਰ ਮੈਂ ਮੌਜਾਂ ਬਣ ਗਿਆ ਇੱਕ ਭਰ ਹੋਰ ਆ ਗਿਆ ਜੋ ਖੁੰਡਾ ਲੱਗਾ। ਅੱਛਾ ਬਾਈ ਹੈ ਸੀ ਉਹਦੀ ਜ਼ਮੀਨ ਕਿੰਨੀ ਕੁ ਸੀ ਆਪਣੀ? ਜ਼ਮੀਨ ਸਾਡੀ ਹੈਗੀ ਸੀ ਸਾਡੀ ਜ਼ਮੀਨ ਹੈਗੀ 10 ਵੀਘੇ ਜਿਹੜੀ ਬੀਜਦੇ ਸਾਂ 10 ਵੀਘੇ ਸਾਡੇ ਇਹਨਾਂ ਸੱਤ ਵਾਲਿਆਂ ਦੀ 10 ਸੀ ਉਹਨਾਂ ਦੀ ਇੱਥੇ ਆ ਕੇ ਪੂਰੀ ਪਈ ਹੈ? ਆਹੋ ਪਰ ਇੱਕ ਨਹੀਂ ਨਾ ਪਈ ਜਿਹੜਾ ਬੰਜਰ ਕਦੀਮ ਸੀ ਉਹ ਨਹੀਂ ਪਿਆ। ਅੱਛਾ ਉਹ ਜਿੱਥੇ ਡੰਗਰ ਚਾਰਦੇ ਸਾਂ ਕਿੱਕਰਾਂ ਵੇਚਦੇ ਆ ਨਿੰਮਾਂ ਵੇਚਦੇ ਸਾਂ ਉਹ ਨਹੀਂ ਪਿਆ। ਅੱਛਾ ਜਿਹੜੇ ਆਪਣੇ ਪਿੰਡ ਸੀ ਵੰਡ ਤੋਂ ਬਾਅਦ ਪਾਕਿਸਤਾਨ 'ਚ ਕਿੱਥੇ ਕਿੱਥੇ ਆ ਕੇ ਲੋਕ ਬਸੇ ਨੇ ਕੋਈ ਯਾਦ ਹੈ? ਆਹੋ ਕਿਹੜੇ ਕਿਹੜੇ ਪਿੰਡਾਂ 'ਚ ਬੈਠੇ ਪਾਕਿਸਤਾਨ 'ਚ? ਉਹ ਪਾਕਿਸਤਾਨ 'ਚ ਕੁਛ ਤਾਂ ਬੈਠੇ ਆਏ ਸੀ ਇੱਕ ਘਰ ਇੱਕ ਉਹ ਗੁਲਾਮ ਹੁਸੈਨ ਬੈਠੇ ਜੀ। ਅੱਛਾ ਅੱਡਾ ਗੁਲਾਮ ਹੁਸੈਨ? ਹਾਂ ਅੱਡਾ ਗੁਲਾਮ ਹੁਸੈਨ ਅੱਛਾ ਕੁਛ ਬੈਠੇ ਗੱਗੋ ਲਾਗੇ ਗੱਗੋ ਮੰਡੀ ਹਾਂ ਅੱਛਾ ਇਹ ਦੋ ਕੋਈ ਕੁਛ ਬੈਠੇ ਜੀਤ ਮੇਲਿਆ ਲਾਲਪੁਰ ਦੇ ਵਿੱਚ ਉੱਥੇ ਬੈਠੇ ਕਈ ਥਾਈ ਬੈਠੇ ਨੇ ਇੱਕਦਮ ਬੈਠੇ। ਚਲੋ ਠੀਕ ਹੈ ਬਾਬਾ ਇਜਾਜ਼ਤ ਦਿਓ ਸਾਨੂੰ। ਅੱਛਾ ਹਾਂ ਤੇ ਮੈਂ ਰਾਬਤਾ ਹੋਇਆ ਤਾਂ ਮੈਂ ਕਰਾਵਾਂ ਗੱਲਬਾਤ ਹੈ। ਅੱਛਾ ਗਾ ਹਾਂ ਦੁਆ ਕਰੋ। ਉਹ ਮੱਲ ਸਿੰਘ ਹੈ ਨਾ ਜਿਹੜਾ ਹਾਂ ਉਹਦੇ ਮੁੰਡੇ ਆ ਸਾਡਾ ਖੂਹ ਤੇ ਉਹਨਾਂ ਲੱਗ ਲਾ ਗਈ ਲਾਗੇ ਲੱਗ ਗਈ ਸੀ। ਹਾਂ ਜੀ ਹਵੇਲੀ ਇਕੱਠੀ ਰਾਣ ਨੂੰ ਡੰਗਰ ਇਕੱਠੇ ਬਾਈ ਦੇ ਮੱਲ ਸਿੰਘ ਦੀ ਹਵੇਲੀ ਸੀ ਪਿੰਡ 'ਚ? ਹਾਂ ਨਹੀਂ ਬਾਹਰ ਖੂਹਾਂ ਦੇ। ਅੱਛਾ ਖੂਹਾਂ ਦੇ ਡੇਰੇ ਇਕੱਠੇ ਸੀ? ਡੇਰੇ ਇਕੱਠਾ ਸੀ ਛੋਟੇ ਨਾਲ ਨਰਿੰਦਰ ਸਿੰਘ ਛੋਟੇ ਨਾਲ ਵੀਰ ਸਿੰਘ
ਉਹਦੇ ਛੋਟੇ ਨਾਂ ਬਚਨ ਸਿੰਘ, ਉਹਦੇ ਛੋਟੇ ਨਾਂ ਦਰਸ਼ੂ, ਉਹਦੇ ਛੋਟੇ ਨਾਂ ਕੈਲਾ ਕੈਲਾ, ਪੰਜ ਮੁੰਡੇ ਜੀ। ਹਾਂ, ਪਿੰਡ ਧਾਰੀਵਾਲ। ਪਿੰਡ ਧਾਰੀਵਾਲ, ਠੀਕ ਹੈ। ਹਾਂ, ਠੀਕ ਹੋ ਗਿਆ। ਜ਼ਿੰਦਗੀ ਰਹੇ ਤੈਨੂੰ ਉਹ ਭਾਵੇਂ ਉਹਨਾਂ ਦੱਸੇ ਵੀ ਨਿਆਮਤ ਹੈਗਾ।